ਅਗਲੀ ਜਿਹੜੀ ਗੱਲ ਕਰੀਏ ਜਿਹੜੀ 에ਅਰ ਇੰਡੀਆ ਦੀ ਫਲਾਈਟ ਆ ਉਸ ਨੂੰ ਲੈ ਕੇ, ਸੈਨ ਫਰਾਂਸਿਸਕੋ ਤੋਂ ਜੀ ਦਿੱਲੀ ਨੂੰ ਜਿਹੜੀ ਆ ਡਾਇਰੈਕਟ ਫਲਾਈਟਾਂ ਜਿਹੜੀਆਂ ਉਹ ਚੱਲਦੀਆਂ, ਹਾਂਜੀ ਦਿੱਲੀ ਤੋਂ ਫਲਾਈਟ ਨੇ ਉਡਾਨ ਭਰਨੀ ਸੀ ਸੈਨ ਫਰਾਂਸਿਸਕੋ ਨੂੰ, ਪਰ ਜਿਹੜੇ ਹੁਣ ਕਈ ਭਾਰਤ ਪ੍ਰੇਮੀ ਉਹਨਾਂ ਨੂੰ ਗੱਲ ਇੱਕ ਕੌੜੀ ਜੀ ਜਿਹੜੀ ਇਹ ਲੱਗਣੀ ਆ, ਹਾਲਾਤ ਉਸ ਫਲਾਈਟ ਚਾਹੇ ਉਹ ਟਾਟਾ ਵਾਲਿਆਂ ਨੇ ਖਰੀਦ ਲਈ ਚਾਹੇ ਕਿਸੇ ਨੇ ਖਰੀਦ ਲਿਆ ਆ, ਹਾਲਾਤ ਉਹਦੇ ਉੱਦਾਂ ਦੇ ਵੱਧ ਤੋਂ ਬਦਤਰ ਹੀ ਜਿਹੜੇ ਚੱਲ ਰਹੇ ਆ। 30 ਘੰਟਿਆਂ ਤੋਂ ਵੱਧ ਲੋਕਾਂ ਨੂੰ ਡਿਲੇ ਦਾ ਜਿਹੜਾ ਉੱਥੇ ਸਾਹਮਣਾ ਕਰਨਾ ਪਿਆ। ਇਹੀ ਨਹੀਂ, ਇਹਨਾਂ ਨੇ ਤਾਂ ਲੋਕਾਂ ਨੂੰ ਜਾਨਵਰਾਂ ਵਾਂਗ ਪਿੰਜਰੇ ਚ ਕੈਦ ਕਰਕੇ ਰੱਖਿਆ, ਅੰਦਰ ਬਿਠਾ ਤੇ, ਏਸੀ ਬੰਦ ਕਰਤੇ, ਨਾ ਨਿਕਲਣ ਦੇਣ, ਨਾ ਇਹ ਜਿਹੜੀ ਉਡਾਨ ਭਰਨ, ਇੱਥੋਂ ਤੱਕ ਕਿ ਕਈ ਲੋਕ ਉਸ ਫਲਾਈਟ ਦੇ ਵਿੱਚ ਬੇਹੋਸ਼ ਹੋ ਗਏ। ਇੱਕ ਬੀਬੀ ਨੇ ਜਿਹੜਾ ਟਵਿੱਟਰ ਦੇ ਉੱਤੇ, ਜਿਹਦਾ ਪਹਿਲਾਂ ਨਾਂ ਟਵਿੱਟਰ ਸੀ, ਐਕਸ ਦੇ ਉੱਤੇ ਇਹ ਪੂਰੀ ਦੁਰਦਸ਼ਾ ਨੂੰ ਜਿਹੜਾ ਉਹਨੇ ਪੋਸਟ ਕੀਤਾ। 30 ਮਈ ਨੂੰ ਇਹ ਜਿਹੜੀ ਚੱਲਣੀ ਸੀਗੀ ਫਲਾਈਟ, ਬਾਅਦ ਚ 31 ਮਈ ਨੂੰ ਸਵੇਰੇ 11 ਵਜੇ ਜਿਹੜੀ ਆ ਉਹ ਤੁਰੀ ਆ, ਤੇ ਹਾਲਾਤ ਜਿਹੜੇ ਲੋਕਾਂ ਦੇ ਮਾੜੇ ਆ, ਤੁਸੀਂ ਤਸਵੀਰਾਂ ਦੇਖ ਸਕਦੇ ਆ, ਲੋਕ ਹਕੇ ਬਕੇ ਨੇ, ਹਾਲ ਬੇਹਾਲ ਨੇ, ਬੇਹੋਸ਼ ਹੋਣ ਤੋਂ ਬਾਅਦ ਦੇ ਵਿੱਚ ਜੇ ਕੋਈ ਜਦੋਂ ਅੰਦਰ ਬੇਹੋਸ਼ ਹੋਇਆ, ਏਸੀ ਬੰਦ ਕੀਤਾ ਹੋਇਆ, ਹਵਾ ਤੱਕ ਨੀ ਜਿਹੜੀ ਉੱਥੇ ਉਹਨਾਂ ਨੇ ਛੱਡੀ ਹੋਈ, ਤੇ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਜਦੋਂ ਕੋਈ ਬੇਹੋਸ਼ ਹੋਏ ਫਿਰ ਇਹਨਾਂ ਨੇ ਬਾਹਰ ਜਿਹੜਾ ਉਹ ਜਾਣ ਦਿੱਤਾ। ਕਹੀ ਜਾਂਦੇ ਆ ਜੀ ਕੋਈ ਜੀ ਸਿਸਟਮ ਦਾ ਐਰਰ ਆ ਗਿਆ, ਯੇ ਹੈ ਵੋ ਹੈ, 30 ਘੰਟੇ ਸਿਸਟਮ ਦਾ ਐਰਰ, ਅੰਦਰ ਤਾੜੀ ਰੱਖਿਆ, ਹਾਲਾਤ ਤੁਸੀਂ ਦੇਖ ਲਓ ਵੀ ਕਿੱਦਾਂ ਦੇ ਆ। ਸੋ ਇਸੇ ਲਈ ਲੋਕ 에ਅਰ ਇੰਡੀਆ ਨੂੰ ਭਾਈ ਤਾਂ ਹੀ ਜਿਹੜਾ ਉਹ ਕਹਿੰਦੇ ਆ ਵੀ ਭਾਈ ਨਾ ਹੀ ਜਿਹੜਾ ਉੱਥੇ ਚੜਿਆ ਜਾ। ਹਾਂ, ਪਰ ਅਗਲੇ ਕਹਿੰਦੇ ਭਾਵੇਂ ਟਾਟਾ ਨੇ ਖਰੀਦ ਲਈ ਪਰ ਸਾਡੇ ਨੂੰ ਟਾਟਾ ਬਾਏ ਬਾਈ ਹੈ, ਟਾਟਾ ਬਾਏ ਬਾਈ ਕਰਨੀ ਹੈ ਤੇ ਫਿਰ ਹੁਣ ਹਾਲ ਕੀ ਆ। ਨਹੀਂ ਦੇਖੋ, ਰਾਜਕਰਨਵੀਰ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਨਾ ਵੀ ਚਲੋ ਸਿਸਟਮ ਦੇ ਵਿੱਚ ਤਾਂ ਪਰੇਸ਼ਾਨੀ ਆ ਗਈ, ਸਿਸਟਮ ਨੇ ਜਿਹੜੀ ਟੈਕਨੀਕਲ ਗਲਿਚ ਆ ਉਹ ਤੁਹਾਨੂੰ ਇਹ ਤਾਂ ਨਹੀਂ ਕਹਿੰਦੀ ਵੀ ਭਾਈ ਉਹਨਾਂ ਨਾਲ ਜਾਨਵਰਾਂ ਵਰਗਾ ਸਲੂਕ ਕਰੋ, ਜਾਨਵਰ ਤਾਂ ਵੀ ਬੱਤਰ ਸਲੂਕ ਆ। ਹਾਂਜੀ, ਵੀ ਇਹ ਅਨਮਨੁੱਖੀ ਤੇ ਅਨਮਨੁੱਖੀ ਸ਼ਬਦ ਦੀ। ਹਾਂਜੀ ਹਾਂਜੀ, ਤਸਵੀਰਾਂ ਵੇਖੋ, ਬਜ਼ੁਰਗ ਵਿਚਾਰੇ ਬੈਠੇ ਹੋਏ ਨੇ ਜ਼ਮੀਨ ਦੇ ਉੱਤੇ ਫਫੇ ਹੋਏ। ਹਾਂਜੀ, ਇੱਕ ਬੱਚਾ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ, ਉਹਨੇ ਆਪਣੀ ਮਾਤਾ ਪਿਤਾ ਦੇ ਨਾਲ ਆਸਰਾ ਲਾਇਆ ਹੋਇਆ, ਨਿਟਾਲ ਹੋਇਆ ਪਿਆ ਵਿਚਾਰਾ ਜ਼ਮੀਨ ਤੇ, ਨਾ ਪਾਣੀ ਨਾ ਸਾ, ਆਪਾਂ ਨੂੰ ਪਤਾ ਹੀ ਆ ਵੀ ਉਹ ਕਿੰਨੀ ਕੁ ਮਦਦ ਕਰਦੇ। ਹਾਂਜੀ, ਇੱਥੋਂ ਪਤਾ ਲੱਗਦਾ ਵੀ ਟਿਕਟਾਂ ਵੇਚਣ ਖਾਤਰ ਹੀ ਆ ਤੁਹਾਡਾ ਸਾਰਾ ਕੁਝ, ਬਾਕੀ ਪੈਸੰਜਰ ਦੀ ਸਿਹਤ ਉਹਦੀ ਜਾਣ ਦੀ ਕੋਈ ਪਰਵਾਹ, ਕੋਈ ਪਰਵਾਹ ਨਹੀਂ ਜੀ, ਇਹਨਾਂ ਦਾ ਵਸ ਚੱਲੇ ਤਾਂ ਇਹ ਭਾਵੇਂ 2-4 ਉਦਾਂ ਵੀ। ਹਾਂਜੀ, ਲੋਕਾਂ ਦੀ ਮਜਬੂਰੀ ਇਹ ਆ ਵੀ ਡਿਲੇ ਨਾਲੋਂ ਅਗਲਾ ਡਾਇਰੈਕਟ ਕਰਕੇ ਥੋੜਾ ਜਿਹਾ ਜ਼ਿਆਦੇ, ਇਹਦੇ ਕਰਕੇ ਲੋਕ ਜਾ ਰਹੇ ਆ, ਪਰ ਇਹ ਆ ਵੀ ਸਰਵਿਸ ਰਨਿੰਗ ਹੋਣੀ ਜਾ ਰਹੀ, ਸਰਵਿਸ ਲਈ ਤਾਂ ਹਾਲਾਤ ਬਹੁਤ ਹੀ ਜਿਹੜੇ ਆ ਉਹ ਮਾੜੇ ਆ, ਮਾੜੇ ਜਿਹੜੇ ਉਹ ਹੈਗੇ ਆ। ਇੰਡੀਆ ਦੇ ਹੀ ਇੱਕ ਫਲਾਈਟ ਦਾ ਆਇਆ ਸੀ, ਉਹ ਸਵਾਰੀਆਂ ਉਹਨਾਂ ਨੇ ਵੱਧ ਬਿਠਾ ਲਈਆਂ, ਇੱਕ ਬੰਦਾ ਖੜਾ ਹੋ ਕੇ ਜਾਣ ਲੱਗਾ, ਫਿਰ ਉਹਨਾਂ ਨੂੰ ਆਵਾਜ਼ ਮੋੜਨੀ ਪਈ ਫਲਾਈਟ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿੰਨੇ ਬੰਦੇ ਜਿਹੜੇ ਉਹ ਚੜ ਗਏ। ਇੰਡੀਗੋ ਦੀ ਫਲਾਈਟ ਸੀਗੀ ਇੰਡੀਆ ਦੇ ਵਿੱਚ, ਵੀ ਉਹ ਕਿੰਨੀ, ਹਾਂਜੀ ਵੀ ਬੱਸ ਵਾਂਗੂ ਚੱਲ ਵੀ ਡੰਡਾ ਫੜ ਕੇ ਚੱਲ ਚੱਲ। ਹਾਂਜੀ, ਦੇਖ ਲਓ ਕ੍ਰਿਊ ਮੈਂਬਰ ਕਿੰਨੇ ਕੁ ਜ਼ਿੰਮੇਵਾਰ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸੀਟਾਂ ਕੀ ਹੋ ਰਿਹਾ ਜਿਹੜਾ ਉਹ ਹੈਗਾ ਆ। ਸੋ ਕੋਈ 8 ਘੰਟੇ ਕਹੀ ਜਾਂਦਾ, ਕੋਈ 20 ਘੰਟੇ ਕਹੀ ਜਾਂਦਾ, ਕੋਈ 30 ਘੰਟੇ ਕਹੀ ਜਾਂਦਾ, ਤੁਸੀਂ ਹਾਲਾਤ ਦਾ ਹਿਸਾਬ ਲਾ ਲਓ ਵੀ ਬੰਦੇ ਬੇਹੋਸ਼ ਹੋ ਗਏ। 에ਅਰ ਇੰਡੀਆ ਦੀ ਜਿਹੜੀ ਫਲਾਈਟ ਸੀ ਦਿੱਲੀ ਤੋਂ ਜਿਹਨੇ ਸੈਨ ਫਰਾਂਸਿਸਕੋ ਨੂੰ ਆਉਣਾ ਸੀ, ਭਾਈ ਤੁਹਾਡੇ ਵੀ ਜੇ ਕੋਈ ਚਾਹੁਣ ਵਾਲੇ ਆ ਜਾ ਰਹੇ ਆ ਤਾਂ ਉਹਨਾਂ ਨੂੰ ਕੋਈ ਭਾਈ ਪਾਣੀ ਤੇ ਹਵਾ ਜਾਂ ਪੱਖੀ ਜਿਹੜੀ ਉਹ ਨਾਲ ਲੈ ਕੇ ਚੱਲਣ, ਕੋਈ ਪਤਾ ਨੀ ਇਹਨਾਂ ਨੇ ਕਦੋਂ ਜਿਹੜਾ ਇਹ ਬੇੜਾ ਕਰ ਦੇਣਾ। ਜੀ,